ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਯੁੱਗ ਬਦਲੀ ਯੁੱਗ ਉਦੋਂ ਤੇ ਉੱਥੇ ਬਦਲਦੇ ਹਨ ਜਿੱਥੇ ਯੁੱਗ ਨੂੰ ਬਦਲਣ ਵਾਲੀਆਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਹਨ ਤੇ ਬਦਲਣ ਵਾਲੇ ਸੋਚਵਾਨ ਤੇ ਸਿਧਾਂਤਵਾਲੇ ਗਿਆਨਵਾਨ ਤੇ ਹਿੰਮਤੀ ਵਿਅਕਤੀ ਜ਼ਿੰਮੇਵਾਰੀ ਚੁੱਕਦੇ ਹਨ ਹਿੰਮਤ ਤੇ ਗਿਆਨ ਦੀ ਹੋਂਦ ਅਣਹੋਂਦ ਕਰਨੀ ਸੰਸਾਰ ਦੇ ਕੁਝ ਖੇਤਰ ਖੁਸ਼ਹਾਲ ਹਨ ਤੇ ਬਾਕੀ ਪਛੜੇ ਹੋਏ ਹਨ ਹਿੰਮਤ ਕਰਨ ਵਾਲੇ ਪਹਿਲਾਂ ਪਰਿਵਰਤਨ ਦਾ ਸੁਪਨਾ ਵੇਖਦੇ ਹਨ ਫਿਰ ਟੁਕਮੇ ਸਾਧਨ ਜਟਾਉਂਦੇ ਹਨ ਤੇ ਆਪਣੀ ਵਿਉਂਤਬੰਦੀ ਤੇ ਮਿਹਨਤ ਨਾਲ ਆਪਣੇ ਸੁਪਨੇ ਨੂੰ ਯਥਾਰਤ ਕਰ ਦਿਖਾਉਂਦੇ ਹਨ ਆਧੁਨਿਕ ਦ੍ਰਿਸ਼ਟੀ ਤੋਂ ਯੂਨਾਨੀਆਂ ਤੇ ਰੋਮਨਾਂ ਨੇ 2.5 ਹਜ਼ਾਰ ਸਾਲ ਪਹਿਲਾਂ ਸੁਚੇਤ ਰੂਪ ਚ ਆਪਣਾ ਯੁੱਗ ਬਦਲਿਆ ਸੀ ਅਜੋਕਾ ਰੋਮ ਸੰਸਾਰ ਦਾ ਪਹਿਲਾ ਸ਼ਹਿਰ ਸੀ ਸ਼ਹਿਰ ਚ 10 ਲੱਖ ਦੀ ਆਬਾਦੀ ਪਾਰ ਕਰਨ ਵਾਲਾ ਪਹਿਲਾ ਸ਼ਹਿਰ ਵੀ ਰੋਮ ਸੀ ਯੂਨਾਨੀ ਪਹਿਲੇ ਸਨ ਜਿਨ੍ਹਾਂ ਨੇ ਵਿਸ਼ਵ ਦੇ ਸੰਦਰਭ ਚ ਸੋਚਿਆ ਸੋਕਰਾਟ ਪਹਿਲਾ ਯੂਨਾਨੀ ਸੀ ਜਦੀ ਸੋਚ ਵਿਸ਼ਵਵਿਆਪੀ ਸੀ ਉਹ ਸੰਸਾਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਪਹਿਲਾ ਸ਼ਹੀਦ ਸੀ ਸਿਕੰਦਰ ਵੀ ਪਹਿਲਾ ਯੂਨਾਨੀ ਸੀ ਜਿਨੇ ਸੰਸਾਰ ਨੂੰ ਜਿੱਤਣ ਦਾ ਸੰਕਲਪ ਕੀਤਾ ਸੀ ਅਜੋਕੇ ਸਮੇਂ ਚ ਸੰਸਾਰ ਦੇ ਉਹੀ ਦੇਸ਼ ਖੁਸ਼ਹਾਲ ਹਨ ਜਿਨ੍ਹਾਂ ਦਾ ਪਿੱਛੋਕੜ ਯੂਨਾਨੀ ਜਾਂ ਰੋਮਨੀ ਹੈ ਯੂਨਾਨੀ ਗਿਆਨ ਰੋਮਨੀ ਪ੍ਰਬੰਧ ਵਾਲਾ ਅਜੋਕਾ ਈਸਾਈ ਜਗਤ ਖੁਸ਼ਹਾਲ ਹੈ ਵਿਕਸਤ ਹੈ ਟੈਕਨੋਲੋਜੀ ਦਾ ਸਿਰਜਕ ਤੇ ਵਰਤੋਂਕਾਰ ਹੈ ਸਮੇਂ ਦਾ ਪਬੰਧ ਤੇ ਵਿਗਿਆਨਕ ਹੈ ਅਜੋਕੇ ਸੰਸਾਰ ਉੱਤੇ ਵਾਸਤਵ ਵਿੱਚ ਯੂਰਪ ਜਾ ਪੱਛਮ ਦਾ ਰਾਜ ਹੈ ਅਮਰੀਕਾ ਅਜੋਕੇ ਪੱਛਮ ਦਾ ਵਿਸਥਾਰ ਹੈ ਬਾਕੀ ਦਾ ਸੰਸਾਰ ਪੱਛਮ ਦੇ ਪਾਈਪੂਰਨਿਆਂ ਤੇ ਚੱਲ ਕੇ ਵਿਕਾਸ ਕਰਕੇ ਆਧੁਨਿਕ ਬਣ ਰਿਹਾ ਹੈ ਹਰ ਹਿੱਲੇ ਪੱਛਮ ਦਾ ਵਿਰੋਧ ਕਰਨ ਵਾਲੇ ਭਾਂਤ ਭਾਂ ਦੇ ਕੱਟੜਵਾਦੀ ਮੱਧਕਾਲੀ ਸਮੱਸਿਆਵਾਂ ਤੇ ਧਾਰਮਿਕ ਅੰਧਵਿਸ਼ਵਾਸਾਂ 'ਚ ਉਲਝੇ ਹੋਣ ਕਾਰਨ ਆਪਣੇ ਆਪ ਲਈ ਵਿਪਤਾਵਾਂ ਹੀ ਉਪਜਾ ਰਹੇ ਹਨ ਪੱਛਮ ਨਾਲ ਮਤਭੇਦ ਹੋ ਸਕਦੇ ਹਨ ਪਰ ਪੱਛਮ ਦੇ ਵਿਗਿਆਨਕ ਯੋਗਦਾਨ ਨੂੰ ਅੱਖੋਂ ਪਰੋਖੇ ਕਰਨਾ ਸੰਭਵ ਨਹੀਂ ਹੈ ਹਰ ਧਰਮ ਨੇ ਸੰਸਾਰ ਦੀ ਉਤਪਤੀ ਤੇ ਸਮਾਜ ਦੇ ਨਿਰਮਾਣ ਤੇ ਮਨੁੱਖ ਦੀ ਸਥਿਤੀ ਬਾਰੇ ਆਪਣੀ ਆਪਣੀ ਕਿਸਮ ਦੀਆਂ ਧਾਰਨਾਵਾਂ ਉਹ ਸਾਰੀਆਂ ਹਨ ਯੁੱਗਾਂ ਦੇ ਬਦਲਣ ਬਾਰੇ Karl Marx ਨੇ ਬੜੀ ਗੰਭੀਰਤਾ ਨਾਲ ਤੇ ਬੜੇ ਵਿਸਥਾਰ ਨਾਲ ਅਧਿਐਨ ਕੀਤਾ ਜਿਸ ਨੂੰ ਉਹਨੇ ਇਤਿਹਾਸਿਕ ਪਦਾਰਥਵਾਦ ਦਾ ਨਾਮ ਦਿੱਤਾ ਜਿਸ ਨਾਲ ਸੋਚ ਦਾ ਇੱਕ ਨਵਾਂ ਯੁੱਗ ਆਰੰਭ ਹੋਇਆ ਪਰ ਇਸ ਸੋਚ ਦੇ ਸਿਧਾਂਤ ਦਾ ਵਿਰੋਧ ਵੀ ਹੋਇਆ ਯੁੱਗ ਬਦਲੀ ਦੇ ਵਿਸ਼ੇ ਨੂੰ ਕਈ ਟੰਗਾਂ ਨਾਲ ਵੱਖ-ਵੱਖ ਆਧਾਰਾਂ ਤੇ ਵਿਭਿੰਨ ਦ੍ਰਿਸ਼ਟੀਕੋਣਾਂ ਕੋਣਾ ਨਾਲ ਪੇਸ਼ ਕੀਤਾ ਜਾ ਸਕਦਾ ਹੈ ਯੁੱਗ ਬਦਲੀ ਵਿੱਚ ਕੇਂਦਰੀ ਨੁਕਤਾ ਪਰਿਵਰਤਨ ਹੁੰਦਾ ਹੈ ਸਮੁੱਚੇ ਸੰਸਾਰ ਨੂੰ ਸੋਚ ਦੇ ਪੱਖੋਂ ਪਰਿਵਰਤਨ ਪੱਖੀ ਤੇ ਪਰਿਵਰਤਨ ਵਿਰੋਧੀ ਬਨਗਿਆਂ 'ਚ ਵੰਡਿਆ ਜਾ ਸਕਦਾ ਹੈ ਆਲਸੀ ਤੇ ਸੁਸਤ ਲੋਕ ਪਰਿਵਰਤਨ ਤੋਂ ਡਰਦੇ ਹਨ ਤੇ ਅਗਲੇ ਜਨਮ ਤੇ ਕਿਸਮਤ ਦਾ ਭਾਜਵਾਦੀ ਸੰਕਲਪ ਉਸਾਰ ਕੇ ਆਪਣੀ ਬਹੁਤ ਕੰਗਾਲੀ ਦਾ ਹੀ ਪ੍ਰਮਾਣ ਦਿੰਦੇ ਹਨ ਤੇ ਪਰੰਪਰਾ ਨੂੰ ਧ੍ਰੜ ਕਰਵਾਉਂਦੇ ਹਨ ਭਾਰਤ ਨੇ ਸਤਿਯੁਗ ਤ੍ਰੇਤਾਯੁਗ ਦਵਾਪਰ ਤੇ ਕਲਯੁਗ ਦਾ ਸੰਕਲਪ ਉਸਾਰ ਕੇ ਮਨੁੱਖ ਦੇ ਨਿਰੰਤਰ ਨਿਗਰਣ ਦਾ ਅੰਧਵਿਸ਼ਵਾਸੀ ਫਲਸਫਾ ਉਸਾਰਿਆ ਹੈ। ਭਾਰਤ ਮੁੱਖ ਤੌਰ ਤੇ ਪੁਰਾਤਨਵਾਦੀ ਹੈ। ਇਹ ਆਪਣੀ ਹਰ ਚੀਜ਼ ਨੂੰ ਪੁਰਾਤਨ ਸਿੱਧ ਕਰਕੇ ਨਾ ਹੀ ਕਿਸੇ ਪ੍ਰਕਾਰ ਦਾ ਪਰਿਵਰਤਨ ਲਿਆਉਣ ਦਾ ਯਤਨ ਕਰਦਾ ਹੈ, ਨਾ ਹੀ ਇਹ ਕਿਸੇ ਪਰਿਵਰਤਨ ਨੂੰ ਪਰਵਾਹਨ ਕਰਦਾ ਹੈ। ਸਾਡੇ ਪਿੰਡ ਪੁਰਾਤਨ ਪਰੰਪਰਾ ਦੀਆਂ ਪਾਠਸ਼ਾਲਾਵਾਂ ਹਨ। ਇਹਨਾਂ ਵਿੱਚ ਜੀਵਨ ਮੱਧਕਾਲੀ ਸੰਕਲਪਾਂ ਵਾਲੇ ਇਸ ਕਾਰਨ ਭਾਰਤ ਵਿੱਚ ਜਾਤਪਾਤ ਨੂੰ ਖਤਮ ਕਰਨ ਦੇ ਹਰੇਕ ਉਪਰਾਲੇ ਨਾਲ ਜਾਤਪਾਤ ਹੋਰ ਦ੍ਰਿੜ ਹੀ ਹੋਈ ਹੈ। ਜਾਤਪਾਤ ਭਾਰਤ ਦਾ ਹੀ ਲੱਛਣ ਨਹੀਂ ਹੈ। ਸੰਸਾਰ 'ਚ ਜਿੱਥੇ ਵੀ ਖੇਤੀਬਾੜੀ ਉਪਜ ਉਪਜੀਵਕਾ ਦਾ ਮੁੱਖ ਸਾਧਨ ਹੈ, ਉਥੇ ਕਿਸੇ ਨਾ ਕਿਸੇ ਰੂਪ ਵਿੱਚ ਜਾਤਪਾਤ ਹੈ। ਪਰ ਭਾਰਤ ਵਿੱਚ ਇਸ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹਨ, ਜਿਹੜੀਆਂ ਇਹ ਦਰਸਾਉਂਦੀਆਂ ਹਨ ਕਿ ਭਾਰਤ ਵਿੱਚ ਪਰਿਵਰਤਨ ਦੀ ਚਾਲ ਬੜੀ ਹੌਲੀ ਹੈ। ਭਾਰਤ ਦੇ ਇਤਿਹਾਸ ਨੇ ਚਾਰ ਮੁੱਖ ਮੋੜ ਕੱਟੇ ਹਨ ਆਰੀਆਂ ਦਾ ਆਗਮਨ ਬੁੱਧ ਦਾ ਪ੍ਰਗਟ ਹੋਣਾ ਇਸਲਾਮ ਦਾ ਪਰਵੇਸ਼ ਤੇ ਅੰਗਰੇਜ਼ਾਂ ਦਾ ਆਉਣਾ ਇਹ ਚਾਰ ਮੋੜ ਕਟਣਸ ਭਾਰਤ ਨੇ ਆਪ ਕੋਈ ਉਦਦਮ ਨਹੀਂ ਕੀਤਾ ਉਦਦਮ ਯਤਨ ਕਰਨ ਵਾਲਿਆਂ ਜਾਂ ਆਉਣ ਵਾਲਿਆਂ ਨੇ ਕੀਤਾ ਭਾਵੇਂ ਬੁੱਧ ਧਰਮ ਭਾਰਤ ਚ ਉਪਜਿਆ ਪਰ ਇਹ ਦੀ ਨੁਹਾਰ ਬਾਕੀ ਭਾਰਤੀ ਧਰਮਾਂ ਨਾਲ ਮੇਲ ਨਹੀਂ ਖਾਂਦੀ ਜਿਸ ਕਾਰਨ ਬੁੱਧ ਧਰਮ ਦਾ ਪ੍ਰਭਾਵ ਭਾਰਤ ਵਿੱਚ ਘਟਿਆ ਇਹ ਵਿਦੇਸ਼ਾਂ 'ਚ ਫੈਲਿਆ ਮੰਗੋਲ ਨਸਲ ਦੀਆਂ ਕੌਮਾਂ ਤੇ ਬੁੱਧ ਧਰਮ ਦਾ ਵਿਸ਼ਾਲ ਪ੍ਰਭਾਵ ਹੈ। ਭਾਰਤਕੋਲ ਇਤਿਹਾਸ ਦਾ ਲਕੀਰੀ ਸੰਕਲਪ ਨਹੀਂ ਹੈ ਕਿਉਂਕਿ ਭਾਰਤਕੋਲ ਸਮੇਂ ਦੇ ਕਾਲ ਚੱਕਰ ਦਾ ਸੰਕਲਪ ਹੈ। ਸਾਡਾ ਕੈਲੰਡਰ ਸੂਰਜ ਆਧਾਰਿਤ ਨਹੀਂ ਚੰਦਰਮਾ ਆਧਾਰਿਤ ਹੈ। ਜਦੋਂ ਤੱਕ ਸਮੇਂ ਦਾ ਲਕੀਰੀ ਸੰਕਲਪ ਨਹੀਂ ਉੱਸਰਦਾ ਇਤਿਹਾਸ ਨਹੀਂ ਉਪਜਦਾ। ਸੰਸਾਰ ਵਿੱਚ ਕੈਲੰਡਰ ਨੂੰ ਸਭ ਤੋਂ ਪਹਿਲਾਂ ਮਿਸਰੀਆਂ ਨੇ ਬਣਾਇਆ। ਪਰਜੋਕਾ ਕੈਲੰਡਰ ਰੋਮਨ ਕੈਲੰਡਰ ਹੈ ਜਿਹੜਾ ਯਹੂਦੀਆਂ ਈਸਾਈਆਂ ਦਾ ਸਿਰਜਿਆ ਹੋਇਆ ਹੈ ਇਸ ਸਮੇਂ ਸੰਸਾਰ ਵਿੱਚ ਕੈਲੰਡਰ ਤਾਂ ਕਈ ਹਨ ਜਿਵੇਂ Hindu ਬਿਕਰਮੀ ਕੈਲੰਡਰ ਮੁਸਲਮ ਹਿਜਰੀ ਕੈਲੰਡਰ ਸਿੱਖ ਨਾਨਕਸ਼ਾਈ ਕੈਲੰਡਰ ਪਰ ਜੋਕੇ ਸੰਸਾਰ ਚ ਸਭ ਤੋਂ ਵੱਧ ਪ੍ਰਵਾਨਿਤ ਈਸਾਈ ਕੈਲੰਡਰ ਹੈ ਜਿਸ ਅਨੁਸਾਰ ਈਸਾ ਸੰਸਾਰ ਦਾ ਪਹਿਲਾ ਇਤਿਹਾਸਿਕ ਵਿਅਕਤੀ ਮੰਨਿਆ ਜਾਂਦਾ ਹੈ ਤੇ ਸਮੇਂ ਦੀ ਗੱਲ ਪੂਰਵ ਈਸਵੀ ਤੇ ਈਸੂ ਅਨੁਸਾਰ ਕੀਤੀ ਜਾਂਦੀ ਹੈ ਯਹੂਦੀਆਂ ਇਸਾਈਆਂ ਦਾ ਕੈਲੰਡਰ ਵੇਖ ਕੇ ਹੀ ਹੈ ਜੋ ਕਿ ਸੰਸਾਰ ਦੇ ਸਾਰੇ ਧਰਮਾਂ ਫਿਰਕਿਆਂ ਨੇ ਆਪਣੇ ਕੈਲੰਡਰ ਉਸਾਰੇ ਹਨ ਸਾਡੇ ਮੇਲੇ ਤਿਹਾਰ ਜੇ ਵੀ ਚੰਦਰਮਾ ਨਾਲ ਜੁੜੇ ਹੋਏ ਹਨ ਜਦੋਂ ਕਿ ਸੰਸਾਰ ਦਾ ਵਿਕਸਿਤ ਭਾਗ ਸੂਰਜ ਨਾਲ ਜੁੜਿਆ ਹੈ ਚੰਦਰਮਾ ਨਾਲ ਜੁੜੇ ਹੋਣ ਕਾਰਨ ਹੀ ਭਾਰਤ ਅੱਜ ਵੀ ਅੰਧਵਿਸ਼ਵਾਸੀ ਕੁੰਡਲੀਆਂ ਮਹੂਰਤਾਂ ਟੇਵਿਆਂ ਜਨਮ ਪੱਤਰੀਆਂ ਸ਼ਰਾਧਾ ਜੋਤਸ਼ੀਆਂ ਚਲ ਜਿਆ ਪਿਆ ਸਾਡੇ ਕੋਲ ਕਾਲ ਦਾ ਸੰਕਲਪ ਹੈ ਯੁੱਗ ਦਾ ਸੰਕਲਪ ਨਹੀਂ ਭਾਰਤ ਕੋਲ ਦੇਵਤਿਆਂ ਦਾ ਸੰਕਲਪ ਸੀ ਭਾਰਤ ਵਿੱਚ ਪਰਮਾਤਮਾ ਦਾ ਸੰਕਲਪ ਇਸਲਾਮ ਲੈ ਕੇ ਆਇਆ ਸੀ ਜਿਸ ਨੇ ਇਹ ਸੰਕਲਪ ਯਹੂਦੀਆਂ ਇਸਾਈਆਂ ਤੋਂ ਪ੍ਰਾਪਤ ਕੀਤਾ ਸੀ ਯੂਨਾਨੀ ਰੋਮਨ ਮਗਰੋਂ ਜਾ ਕੇ ਇਸਾਈ ਬਣੇ ਇਸਾਈ ਜਗਤ ਨੂੰ ਜਿਓਮੈਟਰੀ ਦੇ ਗਿਆਨ ਨੇ ਵਿਗਿਆਨਕ ਬਣਾਇਆ ਜਿਓਮੈਟਰੀ ਨਾਲ ਨਕਸ਼ੇ ਬਣਾਏ ਗਏ ਜਿਨ੍ਹਾਂ ਨੂੰ ਵਰਤ ਕੇ ਪੱਛਮੀ ਦੇਸ਼ਾਂ ਨੇ ਸਮੁੰਦਰ ਰਾਹੀਂ ਆਪਣਾ ਪ੍ਰਭਾਵ ਸਾਰੇ ਸੰਸਾਰ 'ਚ ਫੈਲਾਇਆ ਇਤਿਹਾਸ ਲਿਖਿਆ ਜਾਣਾ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜੀ ਕੈਲੰਡਰ ਦੀ ਵਰਤੋਂ ਤੇ ਲਿਖਣ ਕਲਾ ਦਾ ਵਿਕਾਸ ਹੁੰਦਾ ਹੈ। ਏਵੇਂ ਸੰਸਾਰ ਕੋਲ ਕੇਵਲ 10,000 ਸਾਲ ਦਾ ਇਤਿਹਾਸ ਹੈ। ਇਸ ਤੋਂ ਪਹਿਲਾਂ ਦੇ ਸਭ ਅਨੁਮਾਨ ਹਨ। ਇਨ੍ਹਾਂ ਅਨੁਮਾਨਾਂ ਦੇ ਆਧਾਰ 'ਤੇ ਸੰਸਾਰ 'ਚ ਤਿੰਨ ਮੁੱਖ ਯੁੱਗ ਮੰਨੇ ਗਏ ਹਨ। ਮਿਥਿਹਾਸਕ ਯੁੱਗ, ਧਾਰਮਿਕ ਯੁੱਗ ਤੇ ਵਿਗਿਆਨਕ ਯੁੱਗ। ਯੁੱਗ ਭਾਵੇਂ ਕੋਈ ਹੋਏ ਪਰ ਪਛਾਣਨ ਯੁੱਗ ਯੁੱਗ ਤਿੰਨ ਹੀ ਹਨ। ਜਿਨ੍ਹਾਂ ਨੂੰ ਉਪਜੀਵਕਾ ਦੇ ਪੱਖੋਂ ਸ਼ਿਕਾਰ ਯੁੱਗ ਖੇਤੀ ਯੁੱਗ ਤੇ ਉਦਯੋਗਿਕ ਯੁੱਗ ਕਿਹਾ ਜਾ ਸਕਦਾ ਹੈ। ਇਹ ਯੁੱਗ ਤਿੰਨ ਕਿਉਂ ਹੋਏ? ਚਾਰ ਜਾਂ ਦੋ ਕਿਉਂ ਨਹੀਂ? ਇਹਦਾ ਉੱਤਰ ਇਹ ਹੈ ਕਿ ਇਹਨਾਂ ਤਿੰਨਾਂ ਯੁੱਗਾਂ 'ਚ ਮਨੁੱਖ ਦੇ ਮਨ 'ਚ ਉਪਜਣ ਵਾਲੇ ਹਰੇਕ ਪ੍ਰਸ਼ਨ ਦਾ ਉੱਤਰ ਵੱਖਰੇ ਢੰਗ ਤੇ ਵੱਖਰੇ ਤਰਕ ਨਾਲ ਦਿੱਤਾ ਗਿਆ। ਸ਼ਿਕਾਰ ਯੁੱਗ ਵਿੱਚ ਜਿਵੇਂ ਪੁਛਾਲ ਦਾ ਕਾਰਨ ਧਰਤੀ ਦਾ ਇੱਕ ਬਲਦ ਦੇ ਸਿੰਘ ਤੇ ਟਿਕੇ ਹੋਣਾ, ਥੱਕੇ ਹੋਏ ਬਲਦ ਵੱਲੋਂ ਸਿੰਘ ਬਦਲਣਾ ਦੱਸਿਆ ਗਿਆ। ਇਸੇ ਪ੍ਰਸ਼ਨ ਦਾ ਉੱਤਰ ਖੇਤੀ ਯੁੱਗ 'ਚ ਧਰਮ ਨਾਲ ਜੋੜ ਕੇ ਧਰਤੀ ਦੇ ਬੇੜੇ ਦਾ ਪਾਪਾ ਨਾਲ ਭਰੇ ਹੋਣ ਕਰਕੇ ਡੋਲਣਾ ਦੱਸਿਆ ਗਿਆ। ਉਦਯੋਗਿਕ ਯੁੱਗ 'ਚ ਇਹਨੂੰ ਧਰਤੀ ਅੰਦਰ ਲਿਆਂ ਟੈਕਟੋਨਿਕ ਪਲੇਟਾਂ ਦਾ ਖਿਸਕਣਾ ਦੱਸਿਆ ਗਿਆ। ਸਪਸ਼ਟ ਹੈ ਕਿ ਨਾ ਤਿੰਨਾਂ ਯੁੱਗਾਂ 'ਚ ਸੰਧ ਪ੍ਰਬੰਧ ਦੇ ਵੱਖਰੇ ਹੋਣ ਕਾਰਨ ਵਿਸ਼ਵ ਦ੍ਰਿਸ਼ਟੀ ਤੇ ਜੀਵਨ ਜਾਂਚ ਤੇ ਸਮਾਜਿਕ ਬਣਤਰ ਵੱਖਰੀ ਸੀ। ਸ਼ਿਕਾਰ ਯੁੱਗ ਪਸ਼ੂ ਕੇਂਦਰਿਤ ਸੀ। ਖੇਤੀ ਯੁੱਗ ਧਰਮ ਜਾਂ ਰੱਬ ਕੇਂਦਰਿਤ ਸੀ। ਜਦੋਂ ਕਿ ਉਦਯੋਗਿਕ ਯੁੱਗ ਵਿਗਿਆਨਕ ਤੇ ਵਿਗਿਆਨ ਤੇ ਮਨੁੱਖ ਕੇਂਦਰਤ ਸੀ ਸਪਸ਼ਟ ਰੂਪ ਚ ਯੁੱਗ ਉਹ ਤੋਂ ਬਦਲਦਾ ਹੈ ਜਦੋਂ ਮਨੁੱਖ ਊਰਜਾ ਦਾ ਕੋਈ ਨਵਾਂ ਵਿਆਪਕ ਸਰੋਤ ਲੱਭਦਾ ਹੈ ਊਰਜਾ ਜਿ ਸ਼ਕਤੀ ਜੀਵਨ ਦੀ ਕੇਂਦਰੀ ਚੂਲ ਹੁੰਦੀ ਹੈ ਮਨੁੱਖ ਨੂੰ ਹਰੇਕ ਕਾਰਜ ਲਈ ਊਰਜਾ ਦੀ ਲੋੜ ਪੈਂਦੀ ਹੈ ਊਰਜਾ ਦੇ ਨਵੇਂ ਸਰੋਤ ਨਾਲ ਨਵੇਂ ਸੰਧ ਪ੍ਰਬੰਧ ਸਮਾਜਿਕ ਪ੍ਰਣਾਲੀ ਰਿਸ਼ਤਾ ਨਾਤਾ ਪ੍ਰਬੰਧ ਵਪਾਰ ਪ੍ਰਣਾਲੀ ਜਾਇਦਾਦੀ ਆਧਾਰ ਪਹਿਰਾਵਾ ਆਹਾਰ ਪਾਬੰਦੀਆਂ ਮਨਾਈਆਂ ਇਸਤਰੀ ਪੁਰਸ਼ ਸਬੰਧ ਕੰਮ ਧੰਦੇ ਰਸਮੋ ਰਿਵਾਜ ਰਸਮ ਰੀਤਾਂ ਵਿਸ਼ਵਾਸਾਧ ਹੋਂਦ ਚਾਉਂਦੇ ਹਨ ਜਦੋਂ ਯੁੱਗ ਬਦਲਦਾ ਹੈ ਸਭ ਕੁਝ ਬਦਲਦਾ ਹੈ ਬਦਲਾ ਲਈ ਮੁੱਖ ਲੋੜ ਊਰਜਾ ਦੇ ਨਵੇਂ ਸਰੋਤ ਦੀ ਹੁੰਦੀ ਹੈ ਧੰਨਵਾਦ ਚਲਦਾ